ਰਾਤ ਨੂੰ ਅਸੀਂ ਲੇਟੇ ਸਾਂ ਉੱਥੇ ਕੁਆਟਰ ਦੇ ਵਿੱਚ। ਉੱਥੇ ਮੈਂ ਉਹਨੂੰ ਇੰਜੈਕਸ਼ਨ ਲਗਾਇਆ ਨਸ਼ੇ ਦਾ, ਅਤੇ ਨਸ਼ੇ ਦਾ ਇੰਜੈਕਸ਼ਨ ਲਗਾ ਕੇ ਮੈਂ ਉਹਨੂੰ ਉਹਦੇ ਰਕਸ਼ੇ ਤੇ ਲੱਦਿਆ। ਦੇਖਣੇ ਵਾਲੋ ਕੋ ਯਹੀ ਕਹੂੰਗਾ ਕਿ ਜੋ ਵੀ ਜਿਸਕੇ ਸਾਥ ਵੀ ਕੋਈ ਜ਼ੁਲਮ ਹੋਤਾ ਹੈ, ਜ਼ਿਆਤੀ ਹੋਤੀ ਹੈ, ਵੋ ਪੁਲਿਸ ਕੇ ਪਾਸ ਆਏ, ਕਾਨੂੰਨ ਨਾਫਿਜ਼ ਕਰਨੇ ਵਾਲੇ ਅਦਾਰੋਂ ਕੇ ਪਾਸ ਆਏ, ਅਗਰ ਫਿਰ ਵੀ ਕੁਛ ਨਹੀਂ ਦੇਣਾ ਚਾਹਨ ਲੋਕ ਤੈਨੂੰ ਦੇਖ ਰਹੇ ਨੇ। ਸਾਡਾ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹ ਹੁੰਦਾ ਕਿ ਜਿਹੜੀ ਯੂਥ ਹੈ ਜਾਂ ਸਾਡੀ ਕੌਮ ਹੈ ਉਹ ਦੇਖ ਕੇ ਨਸੀਹਤ ਪਕੜੇ। ਨਾਜ਼ਰ ਆਪਕੋ ਮੈਂ ਇਹ ਬਤਾਤਾ ਚਲੂੰ ਕਿ ਅਕਸਰ ਜੋ ਕ੍ਰਾਈਮ ਹੋਤੇ ਹੈ ਵੋ ਯੇ ਵੀ ਹੋਤੇ ਹੈ ਕਿ ਪੁਲਿਸ ਤੱਕ ਇਹ ਮਾਮਲਾ ਪਹੁੰਚਤਾ ਨਹੀਂ ਥਾਣੇ ਤੱਕ, ਔਰ ਵੋ ਖੁਦ ਹੀ ਫੈਸਲੇ ਕਰਨੇ ਸ਼ੁਰੂ ਕਰ ਦੇਤੇ ਹੈ, ਔਰ ਬਾਅਦ ਮੇਂ ਪੁਲਿਸ ਕੋ ਕਹਿਣਾ ਸ਼ੁਰੂ ਕਰ ਦੇਤੇ ਹੈ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀ। ਮੈਂ ਨਹੀਂ ਕਹਿਤਾ ਕਿ ਪੁਲਿਸ ਮੇਂ ਕੁਤਾਹੀਆਂ ਨਹੀਂ ਹੈ, ਕੁਤਾਹੀਆਂ ਹੈ, ਮਗਰ ਇਹ ਦੇਖਣ ਨੂੰ ਆਇਆ ਜੀ ਅਵੇਦਰ ਹੈ ਕਿ ਜਿਹਦੇ ਨਾਲ ਬੰਦਾ ਜਿਹੜਾ ਉਹ ਕ੍ਰਾਈਮ ਕਰਦਾ। ਮਰਡਰ ਤੇ ਆਮ ਬੰਦਾ ਸ਼ਰੀਫ ਆਦਮੀ ਤਾਂ ਮਰਡਰ ਕਰ ਹੀ ਨਹੀਂ ਸਕਦਾ। ਬਿਸਮਿਲ੍ਲਾਹਿਰ ਰਹਿਮਾਨ ਰਹੀਮ, ਅਸਲਾਮੁ ਅਲੈਕੁਮ। ਮੈਂ ਹੂੰ ਸ਼ਬਾਦ ਅਸਲਮ ਬੱਟੀ, ਔਰ ਆਪ ਦੇਖ ਰਹੇ ਹੈ ਸ਼ਬਾਦ ਬੱਟੀ ਆਫੀਸ਼ੀਅਲ ਚੈਨਲ। ਨਾਜ਼ਰ ਇਸ ਵਕਤ ਮੌਜੂਦ ਹੂੰ ਥਾਣਾ ਫਿਰੋਜ਼ਵਾਲਾ ਮੇਂ, ਔਰ ਹਮਾਰੇ ਸਾਥ ਇੱਕ ਮੁਲਜ਼ਮ ਮੌਜੂਦ ਹੈ ਕੈਸਰ, ਜਿਸਕੀ ਉਮਰ ਤਕਰੀਬਨ 19 ਸਾਲ ਹੈ। ਨਾਜ਼ਰ ਇਸਨੇ ਆਪਣੇ ਹੀ ਦੋਸਤ ਕੋ ਇੰਜੈਕਸ਼ਨ ਲਗਾ ਕਰ ਉਸਕਾ ਗਲਾ ਕਾਟਾ, ਔਰ ਫਿਰ ਉਸਕੋ ਨਹਿਰ ਮੇਂ ਫੇਂਕ ਦਿਆ। ਨਾਜ਼ਰ ਯੇ ਮੁਲਜ਼ਮ ਮੌਜੂਦ ਹੈ, ਇਸਸੇ ਜਾਣਤੇ ਹੈ ਸਾਰਾ ਵਾਕਿਆ ਕਿ ਐਸਾ ਕਿਆ ਵਕੂਆ ਹੁਆ ਜਿਸਕੀ ਵਜ੍ਹਾ ਸੇ ਤੁਮਨੇ ਉਸਕਾ ਮਰਡਰ ਕਰ ਦਿਆ। ਕਿਆ ਨਾਮ ਹੈ ਆਪਕਾ? ਕੈਸਰ ਤਨਵੀਰ। ਕਿਤਨੀ ਏਜ ਹੈ ਆਪਕੀ? 19 ਸਾਲ। ਅੱਛਾ, ਯੇ ਬਤਾਓ ਕਿ ਹੱਥ ਘੜੀ ਕਿਉਂ ਲੱਗੀ? ਮੈਨੇ ਮਰਡਰ ਕੀਆ ਉਸਕੀ ਵਜ੍ਹਾ ਸੇ। ਇਸ ਉਮਰ ਮੇਂ ਮਰਡਰ ਕਰ ਦਿਆ? 19 ਸਾਲ ਉਮਰ ਮੇਂ? ਬਸ ਬਹੁਤ। ਬਤਾਓ ਕਿਉਂ? ਬੜੀ ਵੱਡੀ ਮਜਬੂਰੀ ਸੀ ਜਿਹਦੀ ਵਜ੍ਹਾ ਤੋਂ ਮਰਡਰ ਕੀਤਾ। ਕਿਆ ਮਜਬੂਰੀ ਹੋ ਗਈ? ਮਰਡਰ ਕਰਨਾ ਵੀ ਕੋਈ ਮਜਬੂਰੀ ਹੋਤੀ ਹੈ? ਕਿਸੇ ਦਾ ਕਤਲ ਕਰ ਦੇਣਾ, ਇੱਕ ਕਤਲ ਕਰਨਾ ਸਾਰੀ ਇਨਸਾਨੀਅਤ ਕਤਲ ਕਰਨਾ, ਇਹ ਕੌਣ ਸੀ ਮਜਬੂਰੀ ਬਣ ਗਈ, ਇਹ ਬਤਾਓ। ਅਸੀਂ ਦੋਵੇਂ ਦੋਸਤ ਸਾਂ ਪਹਿਲੇ, ਕੋਈ 2-3 ਸਾਲ ਤੋਂ ਪਹਿਲੇ ਸਾਡਾ ਮਤਲਬ ਬਹੁਤ ਕਰੀਬੀ ਮਤਲਬ ਲੈਣ ਦੇਣ ਸੀ ਆਪਸ 'ਚ। ਫਿਰ ਆਹਿਸਤਾ ਆਹਿਸਤਾ ਉਹ ਇਨਸਾਨ ਸੀ, ਗੰਦਾ ਇਨਸਾਨ ਸੀ, ਉਹਨੇ ਮੈਨੂੰ ਆਪਣੇ ਵਾਂਗੂ ਮਤਲਬ ਗੰਦਾ ਇਨਸਾਨ ਬਣਾ ਲਿਆ, ਮੇਰੇ ਨਾਲ ਬਦਫੇਲੀ ਕਰਤਾ। ਅਤੇ ਪਹਿਲੀ ਉਮਰ ਸੀ ਉਹਦੀ? ਕਿੰਨੀ ਉਮਰ? ਉਹਦੀ ਉਮਰ ਆਇਆ ਸੀ 35 ਕੁ ਸਾਲ ਆਇਆ ਸੀ ਉਮਰ। ਕੀ ਨਾਂ ਸੀ ਉਹਦਾ? ਉਹਦਾ ਨਾਂ ਨਸੀਰ। ਅੱਛਾ, ਕੀ ਕਰਾਂ ਪਿਆ? ਬਦਫੇਲੀ ਕਰਦਾ ਸੀ ਕਿਹਦੇ ਨਾਲ? ਮੇਰੇ ਨਾਲ। ਅਤੇ ਤੂੰ ਵੀ ਕਰ ਰਿਹਾ ਸੀ? ਨਹੀਂ, ਮੈਂ ਨਹੀਂ ਸੀ ਕਰਦਾ। ਮੈਂ ਮਤਲਬ ਸ਼ੁਰੂ ਤੋਂ ਨਹੀਂ ਸੀ ਪਤਾ ਕਿ ਕੀ ਮਤਲਬ ਮਾਮਲਾ ਹੈ ਇਸ ਕੰਮ ਦਾ, ਕੀ ਨਤੀਜਾ ਕੀ ਹੈ। ਸ਼ੁਰੂ ਤੋਂ ਨਹੀਂ ਸੀ ਪਤਾ, ਸ਼ੁਰੂ ਤੋਂ ਠੀਕ ਕਰਦੇ ਰਹਿ। ਫਿਰ ਆਹਿਸਤਾ ਆਹਿਸਤਾ ਜਿਵੇਂ ਸ਼ਊਰ ਹੋਇਆ ਕਿ ਯਾਰ ਕੰਮ ਗਲਤ ਹੈ, ਉਹਨੂੰ ਮੈਂ ਸਮਝਾਉਂਦਾ ਵੀ ਰਿਹਾ, ਵਾਰਨਿੰਗ ਵੀ ਦਿੰਦਾ ਰਿਹਾ ਕਿ ਕਿੰਨੇ ਚਿਰ ਤੋਂ ਇਹ ਤੁਸੀਂ ਬਦਫੇਲੀ ਦੋਵੇਂ ਕਰਦੇ ਰਹੇ? ਕੋਈ 2 ਸਾਲ ਤੋਂ ਕਰਦੇ ਰਹੇ ਹਾਂ। ਅਤੇ ਉਦੋਂ ਨਹੀਂ ਤੈਨੂੰ ਸ਼ਰਮ ਆਈ ਕਿ? ਉਦੋਂ ਫਿਰ ਆਹਿਸਤਾ ਆਹਿਸਤਾ ਸ਼ਊਰ ਹੋਇਆ ਨਾ ਕਿ ਕੰਮ ਗਲਤ ਹੈ, ਫਿਰ ਉਹਨੂੰ ਮੈਂ ਸਮਝਾਇਆ ਕਿ ਯਾਰ ਛੱਡ ਦਈਏ ਕੰਮ, ਹੈ ਇੱਕ ਕੰਮ ਨਹੀਂ ਸਹੀ ਹੈਗਾ। ਸਾਰੀ ਕਹਾਣੀ ਸੁਣਾ ਕਿ ਕਿਵੇਂ ਫਿਰ ਉਹ ਮਰਡਰ ਦਾ ਪਲਾਨ ਬਣਾਇਆ, ਕੀ ਕੀਤਾ? ਫਿਰ ਰਾਤ ਨੂੰ ਅਸੀਂ ਲੇਟੇ ਸਾਂ ਉੱਥੇ ਕੁਆਟਰ ਦੇ ਵਿੱਚ। ਉੱਥੇ ਮੈਂ ਉਹਨੂੰ ਇੰਜੈਕਸ਼ਨ ਲਗਾਇਆ ਨਸ਼ੇ ਦਾ, ਅਤੇ ਨਸ਼ੇ ਦਾ ਇੰਜੈਕਸ਼ਨ ਲਗਾ ਕੇ ਮੈਂ ਉਹਨੂੰ ਉਹਦੇ ਰਕਸ਼ੇ 'ਤੇ ਲੱਦਿਆ। ਉਹਦੇ ਰਕਸ਼ੇ 'ਤੇ ਲੱਦ ਕੇ ਮੈਂ ਖਾਨਪੁਰ ਨਹਿਰ 'ਤੇ ਲੈ ਗਿਆ ਵਾਂ। ਖਾਨਪੁਰ ਨਹਿਰ 'ਤੇ ਲਿਟਾ ਕੇ ਉਹਨੂੰ ਮੈਂ ਉੱਥੇ ਜ਼ਿਬਾ ਕੀਤਾ, ਉਹ ਮੈਂ ਫਿਰ ਸੁੱਟ ਦਿੱਤਾ ਨਹਿਰ ਦੇ ਵਿੱਚ। ਕੌਣ ਸੀ ਨਾਲ? ਹੋਰ ਕੌਣ? ਕੋਈ ਨਹੀਂ ਹੈ, ਔਰ ਮੈਂ ਇਕੱਲਾ ਹੀ ਸਾਂ, ਮੈਂ ਤੇ ਹੋਈ ਸਾਂ। ਨਹੀਂ, ਤੁਹਾਨੂੰ ਇਹ ਦੱਸ ਕੈਸਰ, ਤੇਰਾ ਪਹਿਲੇ ਵੀ ਕੋਈ ਤੁਸੀਂ ਆਪ ਵੀ ਕੰਮ ਕਰਦਾ ਰਹੇ? ਨਹੀਂ, ਕੋਈ ਲੋਕ ਬੱਚਿਆਂ ਨਾਲ ਤੂੰ ਵੀ ਕੀਤਾ ਕੰਮ? ਨਹੀਂ, ਸੱਚ ਦੱਸ, ਹੁਣ ਤੂੰ ਫੜਿਆ ਗਿਆ ਸਕਦਾ? ਤੂੰ ਐਡਾ ਵੱਡਾ ਜਿਹੜਾ ਬੰਦਾ ਹੈ, ਉਹ ਕਿਵੇਂ ਇੰਨੀ ਉਮਰ ਦਾ, ਵੱਡਾ ਹੀ ਉਮਰ ਦਾ ਬੰਦਾ ਹੈ, 19 ਸਾਲ ਉਮਰ ਹੈ, ਕੋਈ 12 ਸਾਲ ਦਾ ਬੱਚਾ ਨਹੀਂ, ਤੂੰ ਤਾਂ ਮਰਡਰ ਕਰ ਦਿੱਤਾ, ਤੂੰ ਕਾਨੂੰਨ ਦਾ ਸਹਾਰਾ ਲੈਂਦਾ, ਕਿਉਂ ਇਹ ਕੰਮ ਕੀਤਾ? ਬਸ ਨਹੀਂ, ਇਸ ਵੱਲ ਮੇਰਾ ਤਵੱਜੋ ਨਹੀਂ ਗਈ। ਤੇ ਤੂੰ ਕਿਸੇ ਨੂੰ ਦੱਸਿਆ ਕਿਸੇ ਨੂੰ ਵੱਡੇ ਆਪਣੇ ਨੂੰ ਕਿ ਜੀ ਮੇਰੇ ਨਾਲ ਜ਼ਿਆਦਤੀ ਕਰਦਾ? ਕਿਸੇ ਨੂੰ ਵੀ ਨਹੀਂ ਦੱਸਿਆ। ਤੇ ਫਿਰ ਨਹੀਂ, ਜੇ ਦੱਸਿਆ ਨਹੀਂ ਤਾਂ ਤੇਰੇ ਜ਼ਿਹਨ 'ਚ ਕੋਈ ਫਿਲਮਾਂ ਆਇਆ ਜੀ ਵੇਖਦਾ ਰਿਹਾ ਕਿ ਜਿਹਦੇ ਨਾਲ ਬੰਦਾ ਜਿਹੜਾ ਉਹ ਕ੍ਰਾਈਮ ਕਰਦਾ? ਮਰਡਰ ਤਾਂ ਆਮ ਬੰਦਾ ਸ਼ਰੀਫ ਆਦਮੀ ਤਾਂ ਮਰਡਰ ਕਰ ਹੀ ਨਹੀਂ ਸਕਦਾ। ਅਗਰ ਤੂੰ ਚੁੱਪ ਕਰਕੇ ਕਰਵਾਉਂਦਾ ਰਿਹਾ ਤਾਂ ਜ਼ੁਲਮ, ਜਿਹੜਾ ਜ਼ੁਲਮ ਸਹਿੰਦਾ ਹੁੰਦਾ ਜਿਹੜਾ, ਉਹ ਤੇਰਾ ਕੰਮ ਸੀ ਪੁਲਿਸ ਦਾ ਸਹਾਰਾ ਲੈਂਦਾ ਆਣ ਕੇ, ਤੂੰ ਪੁਲਿਸ ਨੂੰ ਦੱਸਦਾ, ਆਪਣੇ ਵੱਡੇ ਭਰਾ ਨੂੰ ਦੱਸਦਾ, ਕਿਸੇ ਮਹੱਲੇਦਾਰ ਦੋਸਤ ਨੂੰ ਦੱਸਦਾ ਕਿ ਜੀ ਮੇਰੇ ਨਾਲ ਜ਼ਿਆਦਤੀ ਹੈ, ਜੇ ਤੂੰ ਐਡਾ ਸ਼ਰੀਫ ਆਦਮੀ ਤਾਂ ਦੱਸਿਆ ਕਿਉਂ ਨਹੀਂ? ਬਸ ਨਹੀਂ, ਮੇਰਾ ਮਤਲਬ ਕੀ ਕਹਿ ਲਈਏ ਕਿ ਇਸ ਕੰਮ ਵੱਲ ਮੇਰੀ ਤਵੱਜੋ ਹੀ ਨਹੀਂ ਗਈ ਕਿ ਮੈਂ ਕਿਸੇ ਨੂੰ ਦੱਸਾਂ ਆਪਣੀ ਪਰੇਸ਼ਾਨੀ ਸ਼ੇਅਰ ਕਰਾਂ। ਅੱਛਾ, ਹੁਣ ਜ਼ਿਬਾ ਕਰਨ ਨਾਲ, ਉਹਦਾ ਕਤਲ ਕਰਨ ਨਾਲ, ਨਹਿਰ ਦੇ ਵਿੱਚ ਉਹਦੀ ਲਾਸ਼ ਸੁੱਟ ਦਿੱਤੀ, ਉਹਦੇ ਕਰਨ ਨਾਲ ਹੁਣ ਕੀ ਮਿਲ ਗਿਆ ਦੱਸ? ਬਸ ਅੱਲਾਹ ਕੋਲੋਂ ਤੋਬਾ ਕਰ ਲਈਏ ਕਿ ਅੱਲਾਹ ਪਾਕ ਮੈਨੂੰ ਮਾਫ਼ ਕਰ ਦੇਵੇ। ਨਹੀਂ, ਮੈਂ ਗੱਲ ਨੂੰ ਮੰਨਣਾ ਪਿਆ, ਤਸਲੀਮ ਕਰਨਾ ਕਿ ਜਿਹਨੇ ਤੇਰੇ ਨਾਲ ਬਦਫੇਰੀ ਕੀਤੀ ਉਹਨੇ ਬੜੀ ਵੱਡੀ ਜ਼ਿਆਦਤੀ ਕੀਤੀ, ਔਰ ਜੇ ਕੋਈ ਵੀ ਸ਼ਖਸ ਹੋਵੇ, ਮਗਰ ਜ਼ਿਆਦਤੀ ਕਰਨਾ ਕਾਨੂੰਨ ਕਾਹਦੇ ਲਈ ਬਣੇ ਨੇ, ਅਦਾਰੇ ਕਾਹਦੇ ਲਈ ਬਣੇ ਨੇ, ਮੈਨੂੰ ਇਹ ਦੱਸੋ, ਅਦਾਰੇ ਇਸ ਵਾਸਤੇ ਬਣੇ ਨੇ ਕਿ ਤੂੰ ਆ ਕੇ ਪੁਲਿਸ ਨੂੰ ਦਿੱਤੀ ਦਰਖਾਸਤ ਕਿ ਜੀ ਮੇਰੇ ਨਾਲ ਜ਼ਿਆਦਤੀ ਕਰ ਦੇ?
नहीं पुलिस ने दरख्वास्त दी थी मैं। अच्छा देखो ना इधर पहले नाज़िन आपको मैं ये बताता चलूं कि अक्सर जो क्राइम होते हैं वो ये भी होते हैं कि पुलिस तक ये मामला पहुंचता नहीं थाने तक और वो खुद ही फैसले करने शुरू कर देते हैं और बाद में पुलिस को कहना शुरू कर देते हैं जी पुलिस ने कोई कार्रवाई नहीं की। मैं नहीं कहता कि पुलिस में कोताहियाँ नहीं है, कोताहियाँ हैं, मगर ये देखें ना आप, मैंने एक पहले भी कल भी चोरी किया, वो बाबा जी एक 70 साल के थे तो उन्होंने एक मर्डर कर दिया कि जायदाद की खातर। मैंने पूछा कहना जी मैंने, मुझे पता था अगर मैं पुलिस के पास आता तो मेरी बात सुनी जानी थी मगर मैंने सोचा मैं खुद ही कर दूँ। अच्छा कानून को खुद ही हाथ में ले लेना है और बाद में कहते जी ये देखें जी पुलिस जो है हमारी नकमी है ये है तो ये भी देख लें, पुलिस का सहारा लेते ही आते उसी वक्त उसके पास उसके ऊपर ऐसी FIR होनी थी, उसने सारी ज़िंदगी शायद बाहर ही नहीं आना था। अब ये देखा खुद ही फैसले करने शुरू कर देता है शख्स, हर शख्स। अच्छा ये बताओ फिर अब तुम क्या कहते हो कि तुम्हें क्या सज़ा मिलनी चाहिए? सज़ा वही है जी अल्लाह पाक ने मंजूर है, लेकिन नहीं अल्लाह पाक ने तो मंजूर है, अल्लाह पाक तो यह कहता है कि जो बंदा किसी का कतल करे उन्हें सारी इंसानियत का कतल किया, अगर उन्हें तेरे ना कोई ज्यादती करने की कोशिश की या करता रहा है तेरे बकोल तो फिर उन्होंने तो कानून ने या अल्लाह पाक ने सजा देनी है कि तेरा आके सजा दें? नहीं मैं कौन हूँ ना सजा। अच्छा कैसर जी हर बंदा आप ही सजावा देना शुरू कर देगा तो फिर कानून ना दी तो कोई चीज़ ही नहीं रहेगा, फिर तो हंधेर नगरी चौपट राज होना शुरू हो जाएगा फिर। नहीं हूँ जो भी मुझे तो हथ घड़ी लग जाती फिर कहता जी चुप मैं जी ज्यादती हो गई है मैनू पता ही ना लगा यह की गल है मैं ए दस पा। नहीं ज्यादती नहीं हुई, मैं अपने वालों तो ठीक किया अपना मतलब। अच्छा तू अपने ठीक समझ के किया कि मैंने किया तो 3 साल चुप करके गलत काम करवा रहे? बस वो करवा रहे उदो शऊर नहीं सी, जो शऊर आया फिर बहुत अगे चले गए, बहुत दूर हो गया। तो पुलिस का तो सहारा लेंदा वेख ना, अभी तेरे हाथ घड़ी लगी, वो हाथ घड़ी खलोता हों तो असं उन्होंने पुछते होंगे कि तू क्यों मुंडे ना ज्यादती करता रहे तो तेरे तो है भी 15-16 साल व्डा सी इंजी है ना, तो तू यह क्यों नहीं सोचा कि यार मैं पुलिस नहीं दस देना जाके मैं जाना किसी दोस्त को लैके, क्यों नहीं सोचा? बस मैं क्या बस राज पास हो गया। अच्छा किन्ने दिनों तो प्लान कर रहा है कि मर्डर करा मैं करा उन्हें किन्ने चिर तो सोच? मर्डर का प्लान तकरीबन एक महीने तो चलता सी पिया, लेकिन उस तो कोई 6-7 महीने पहले मैं उन्होंने लगातार मतलब समझा रहा सा कि छड़ दे काम है, उसके बावजूद भी वो ब्लैकमेल करता कि यार नहीं मैं तेरे घर पहुँच जाऊँगा, मैं तेरे घर दिन सारे दस देंगा, मैं शो कर देंगा तेरा करैक्टर जरा भी है। लेकिन छोटे छोटे ने हुण तेरा की ज़ेहन है कि तैनू जिहड़े इन्हां दे घर दे ने जिन्हां दा तू ज़िबा कीता है ओह माफ़ी दे देणगे? माफ़ी अल्लाह पाक ने देनी है, लेकिन तेन पता है अगर तू पता है कि शायद तेरा कोई मुलव्वस होए विच आउण दे घर दे, मैनू इस बारे कोई पता नहीं हैगा कि वो की फैसला। अच्छा तू की पैगाम की देना चाहना, लोग तेन देख रहे ने, साडा प्रोग्राम करन दा मकसद भी यह होंगे कि जिहड़ी यूथ है या साडी कौम है वह देख के नसीहत पकड़े और कोई उन्होंने प्रॉब्लम आती है, कोई उन्होंने तंग करता या कोई भी तेरे वर्गा मसला है तो कानून का सहारा लैन या यह करना चाहिए कि तेरे तने बंदे ज़िबा करी जाए? सबक तो यही देना चाहवागा कि अगर तुहाडे नाल कोई इहो जिहा मामला हुंदा है तो पहली गल तो पुलिस बैठी है इनका फैसला करने वास्ते मुजरम नूं फड़न वास्ते, लेकिन पहली गल है कि तुम इहो जिहे बंदे लागे बहो ही ना, उनकी सोहबत इख्तियार करो ही ना। नाज़िन आपने कैसर की बात सुनी, मुलज़म के बकौल के ये कह रहा है कि वो मेरे साथ बदफेली करता था 2-3 साल थे और मैं उसे समझाता था मगर उसने जब नहीं किया तो मैं 1 माह से प्लान बना रहा था कि मैं उसका मर्डर कर दूँ क्या करूँ, तो इसने फिर वो एक इंजेक्शन लगाकर पहले उसको जो बेहोशी का होता है इंजेक्शन लगाया, फिर उसे कहाँ से ये फरोज वाला का वाकया है कहाँ से उसे उठाया इंजेक्शन लगाकर, चिंची रक्षा ये चलाता है इसने उस पे रखा और फिर ये नहर पर दूर कई किलोमीटर दूर जाकर उसका गला काटा और उसके नहर में फेंक दिया। नाज़िन अगर ये शख्स सच्चा है, ये मुलज़म आपके सामने है तो इसको चाहिए था कानून का सहारा लेता, पुलिस के पास आता, FIR करवाता, इसने खुद ही फैसला किया, कानून को हाथ में लिया और हथकड़ी आपके सामने इसको लगी हुई है। अगर हम खुद ही कानून अपने हाथ में लेना शुरू कर देंगे तो नाज़िन
फिर तो हमारा रहने का मकसद ही दुनिया में ख़त्म हो जाएगा। उसका उसकी वजह है कि कानून जो है वो उसके मुताबिक ज़िंदगी नहीं गुजारेंगे। तो वो कहते हैं ना अंधेर नगरी चौपट राज, तो फिर वो शुरू हो जाएगा। तो नाज़िन मैं देखने वालों को यही कहूँगा कि जो भी जिसके साथ भी कोई जुल्म होता है, ज़्यादती होती है, वो पुलिस के पास आए, कानून नाफिज करने वाले अदारों के पास आए, अगर फिर भी कुछ नहीं होता तो नाज़िन दीन का सहारा ने नबी पाक सल्लल्लाहु अलैहि वसल्लम ने फरमाया कि जब आपके ऊपर कोई जुल्म करे, ज़्यादती करे, तो सब्र करें। कानून का सहारा आप तो ले रहे हैं, अगर नहीं हो रहा तो फिर सबर तो हमल करें। हशर वाले दिन मैं नबी पाक ने फरमाया मैं तुम्हारा नबी हूँ सल्लल्लाहु अलैहि वसल्लम, हशर वाले दिन मैं तुम्हें उसका सिला भी लेकर दूंगा और जन्नत का जामन भी हूँ। इस वक्त इसने जो जराइम किया है, क्राइम किया है, इसको कड़ी से कड़ी सजा देनी चाहिए। इसी के साथ अपने मेज़बान शहबाज़ असलम भट्टी को जा दीजिए। अल्लाह हाफिज़।